हाँ जी, सारे सत्कारयोग साथियों रिशपाल सिंह गल वालों वाहिगुरु जी का खालसा वाहिगुरु जी की फतेह। जय भीम, जय भारत। किसान मजदूर एकता जिंदाबाद। सत्कारयोग साथियो, मैनू अज की जिहड़ी वीडियो आ ਤਾਂ ਬਣਾਉਣੀ ਪਈ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਜਿਹੜੇ ਵੀ ਬੰਦੇ ਇਸ ਕਿਸਾਨ ਮਜ਼ਦੂਰ ਦੇ ਸੰਘਰਸ਼ ਦੇ ਵਿੱਚ ਆਪਣੇ ਆਪਣੇ ਤਰੀਕੇ ਦੇ ਨਾਲ ਜਿਹੜਾ ਯੋਗਦਾਨ ਪਾ ਰਹੇ ਆ ਉਸ ਯੋਗਦਾਨ ਦਾ ਸਾਰਥਕ ਉਪਯੋਗ ਹੋ ਰਿਹਾ ਕਿ ਨਹੀਂ ਹੋ ਰਿਹਾ। ਜਿਸ ਤਰੀਕੇ ਨਾਲ ਕਈ ਦਿਨਾਂ ਤੋਂ ਜਿਹੜਾ ਟਵਿੱਟਰ ਦੇ ਉੱਪਰ ਟ੍ਰੈਂਡਿੰਗ ਦੇ ਵਿੱਚ ਕਿਸਾਨ ਮਜ਼ਦੂਰ ਦਾ ਜਿਹੜਾ ਸੰਘਰਸ਼ ਆ ਉਹ ਪਹਿਲੇ ਜਾਂ ਦੂਸਰੇ ਨੰਬਰ ਦੇ ਵਿੱਚ ਨਹੀਂ ਆ ਰਿਹਾ, ਤਾਂ ਉਹਦਾ ਮੈਨੂੰ ਇਹ ਦੁੱਖ ਲੱਗਿਆ। ਸੋ ਮੈਂ ਸੋਚਿਆ ਕਿ ਮੈਂ ਜ਼ਰੂਰ ਇਹਦੇ ਇਸ ਸੰਬੰਧ ਦੇ ਵਿੱਚ ਜਿਹੜੀ ਆ ਗੱਲਬਾਤ ਕਰਾਂ। ਸੋ ਸਤਿਕਾਰਯੋਗ ਵੀਰੋ, ਗੱਲ ਇਸ ਤਰ੍ਹਾਂ ਹੈ ਕਿ ਕੱਲ੍ਹ ਜਿਸ ਤਰੀਕੇ ਨਾਲ ਮਨੁਸਮ੍ਰਿਤੀ ਦਹਨ ਦਿਵਸ ਸੀ ਅਤੇ ਅੱਜ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਸੀ, ਕਿਉਂਕਿ ਅਸੀਂ ਸੋਸ਼ਲ ਮੀਡੀਏ 'ਤੇ ਜੁੜੇ ਹੋਏ ਹਾਂ ਕਿਸਾਨੀ ਸੰਘਰਸ਼ ਦੇ ਵਿੱਚ, ਤਾਂ ਟਵਿੱਟਰ ਦੇ ਉੱਪਰ ਜਿਹੜਾ ਇਹਨਾਂ ਮਨੁਵਾਦੀ ਲੋਕਾਂ ਦਾ ਜਿਹੜਾ ਮੁਕਾਬਲਾ ਉਹ ਟਵਿੱਟਰ ਦੇ ਉੱਪਰ ਕਰਦੇ ਆ, ਉਹਨਾਂ ਦੀ ਸੋਚ ਦਾ ਮੁਕਾਬਲਾ। ਤਾਂ ਜਿਸ ਤਰੀਕੇ ਨਾਲ ਕੱਲ੍ਹ ਮਨੁਸਮ੍ਰਿਤੀ ਦਹਨ ਦਿਵਸ 'ਤੇ ਅਸੀਂ ਪੋਸਟਾਂ ਪਾਈਆਂ ਤਾਂ ਬਹੁਤ ਸਾਰੇ ਵਿਅਕਤੀਆਂ ਨੇ ਉਹਦਾ ਮਤਲਬ ਬੜਾ ਨੈਗੇਟਿਵ ਰਿਐਕਟ ਕੀਤਾ, ਉਹਨੂੰ ਟੈਗ ਕਰਕੇ ਨਾਲ ਰੀਟਵੀਟ ਕੀਤਾ। ਜਦੋਂ ਇਸੇ ਤਰੀਕੇ ਦੇ ਨਾਲ ਅੱਜ ਵੀ ਜਦੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਅੱਜ ਜਨਮ ਦਿਨ ਸੀ ਤਾਂ ਉਹ ਵੱਖ ਵੱਖ ਤਰੀਕੇ ਦੇ ਨਾਲ ਹੋਰ ਹੀ ਤਰ੍ਹਾਂ ਦੇ ਜਿਹੜੇ ਜਵਾਬ ਦੇ ਰਹੇ ਸੀ। ਸੋ ਮੈਂ ਫਿਰ ਇਹ ਸਮਝਿਆ ਕਿ ਜਿਹੜਾ ਲਗਭਗ ਕਈ ਦਿਨਾਂ ਤੋਂ ਜਿਹੜਾ ਅਸੀਂ ਪਹਿਲੇ ਜਾਂ ਦੂਸਰੇ ਨੰਬਰ 'ਤੇ ਟ੍ਰੈਂਡਿੰਗ ਦੇ ਵਿੱਚ ਨਹੀਂ ਆਉਂਦੇ, ਉਹਦਾ ਕਾਰਨ ਇਹੀ ਆ ਕਿ ਜਿਹੜੇ ਅੰਬੇਡਕਰਵਾਦੀ ਸੋਚ ਦੇ ਲੋਕ ਨੇ ਉਹਨਾਂ ਨੇ ਥੋੜ੍ਹਾ ਜਿਹਾ ਅਵਾਇਡ ਕੀਤਾ ਹੈ। ਸਤਿਕਾਰਯੋਗ ਸਾਥੀਓ, ਅੰਬੇਡਕਰਵਾਦੀ ਲੋਕ ਆ ਜਿਹੜੇ ਉਹ ਹਰ ਗੱਲ ਮੰਨਣ ਨੂੰ ਤਿਆਰ ਹੋ ਸਕਦੇ ਨੇ, ਬਟ ਜਦੋਂ ਤੁਸੀਂ ਉਹਨਾਂ ਦੀ ਅੰਬੇਡਕਰੀ ਸੋਚ ਨੂੰ ਛੱਡਣ ਦੇ ਲਈ ਕਹੋਗੇ ਤਾਂ ਮੇਰੇ ਖਿਆਲ ਦੇ ਵਿੱਚ ਇੱਕ ਸੱਚਾ ਅੰਬੇਡਕਰਵਾਦੀ ਕਦੇ ਵੀ ਇਹਨਾਂ ਗੱਲਾਂ ਦੇ ਲਈ ਸਹਿਮਤ ਨਹੀਂ ਹੋਊਗਾ, ਔਰ ਹੋਣਾ ਵੀ ਨਹੀਂ ਚਾਹੀਦਾ, ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੇ ਦਿੱਤੇ ਹੋਏ ਅਧਿਕਾਰਾਂ ਦੇ ਤਹਿਤ ਹੀ ਅੱਜ ਅਸੀਂ ਹਰ ਉਹ ਕੰਮ ਕਰ ਰਹੇ ਹਾਂ ਜਿਹੜਾ ਕਦੇ ਮਨੁਸਮ੍ਰਿਤੀ ਦੇ ਰਾਜ ਵਿੱਚ ਅਸੀਂ ਨਹੀਂ ਕਰ ਸਕਦੇ ਸੀ। ਸੋ ਇਸੇ ਕਰਕੇ ਮੈਨੂੰ ਲੱਗਿਆ ਕਿ ਬਹੁਤ ਸਾਰੇ ਅੰਬੇਡਕਰੀ ਵੀਰ, ਕਿਉਂਕਿ ਸਤਿਕਾਰਯੋਗ ਵੀਰੋ ਅੰਬੇਡਕਰਵਾਦੀ ਲੋਕ ਚਾਹੇ ਉਹ ਰਾਜਨੀਤਿਕ ਤੌਰ 'ਤੇ ਇੱਕ ਮੰਚ 'ਤੇ ਇਕੱਠੇ ਨਹੀਂ ਹੈਗੇ, ਪਰ ਪੂਰੀ ਦੁਨੀਆ ਦੇ ਵਿੱਚ ਕਰੋੜਾਂ ਦੀ ਤਾਦਾਦ ਦੇ ਵਿੱਚ ਅੰਬੇਡਕਰਵਾਦੀ ਲੋਕ ਨੇ। ਇਸ ਕਰਕੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੇ ਫਾਲੋਵਰਸ ਹੀ ਇੱਕੋ ਇੱਕ ਜਿਹੜਾ ਸੰਗਠਨ ਆ ਜਿਹੜਾ ਇਸ RSS ਇਸ ਮਨੁਵਾਦੀ ਵਿਵਸਥਾ ਦੇ ਸੋਚ ਦਾ ਲੱਕ ਤੋੜਦਾ। ਸੋ ਸਾਨੂੰ ਇਹਨਾਂ ਗੱਲਾਂ ਨੂੰ ਸਮਝਣਾ ਚਾਹੀਦਾ। ਬਹੁਤ ਸਾਰੇ ਵੀਰ ਜਿਹੜੇ ਨਵੇਂ ਨਵੇਂ ਇਨਕਲਾਬੀ ਬਣੇ ਆ ਉਹ ਜੈ ਭੀਮ ਤੋਂ ਵੀ ਨਫ਼ਰਤ ਕਰਦੇ ਨੇ, ਉਹ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ
ਸ਼ਹੀਦੀ ਨੂੰ ਵੀ ਹੋਰ ਹੀ ਤਰੀਕੇ ਦੇ ਨਾਲ ਪੇਸ਼ ਕਰਦੇ ਨੇ। ਮਨੂ ਸਿਮਰਤੀ ਦਹਿਨ ਦਿਵਸ ਨੂੰ ਵੀ ਐਵੇਂ ਜਾਤਵਾਦ ਦੇ ਨਾਲ ਜੋੜਦੇ ਨੇ, ਜਦੋਂ ਕਿ ਇਹਦਾ ਜਾਤੀਵਾਦੀ ਨਾਲ ਕੋਈ ਸੰਬੰਧ ਹੀ ਨਹੀਂ ਗਾ। ਠੀਕ ਹੈ ਨਾ। ਮਨੂ ਸਿਮਰਤੀ ਕੀ ਆ? ਮਨੂ ਸਿਮਰਤੀ ਇੱਕ ਮਨੂ ਬ੍ਰਾਹਮਣ ਦੁਆਰਾ ਲਿਖੀ ਗਿਆ ਵਿਧਾਨ, ਇੱਕ ਗ੍ਰੰਥ ਆ ਜਿਹਦੇ ਵਿੱਚ ਊਚ ਨੀਚ ਜਾਤ ਪਾਤ ਵਰਣ ਵਿਵਸਥਾ, ਚਾਰ ਵਰਣ ਬਣਾਏ, ਪੰਜਵਾਂ ਇੱਕ ਅਛੂਤ ਬਣਾਤਾ ਅਤੇ 6743 ਜਾਤਾਂ ਬਣਾਤੀਆਂ। ਅਤੇ ਇਸੇ ਤਰੀਕੇ ਦੇ ਨਾਲ ਜਿਹੜਾ ਅੰਬੇਡਕਰਵਾਦ ਆ ਉਹ ਇਹਦੇ ਪੂਰਾ ਤਰੀਕੇ ਨਾਲ ਉਲਟਾ। ਠੀਕ ਹੈ ਨਾ। ਕਿਉਂਕਿ ਵੀਰੋ ਦੇਖੋ, ਸਾਨੂੰ ਇਸ ਮਨੂਵਾਦੀ ਸੋਚ ਨੂੰ ਸਮਝਣਾ ਪੈਣਾ। ਜਿੰਨਾ ਟਾਈਮ ਅਸੀਂ ਇਸ ਸੋਚ ਦੀ ਵਿਰੋਧਤਾ ਨਹੀਂ ਕਰਦੇ, ਇਸ ਸੋਚ ਨੂੰ ਨਹੀਂ ਸਮਝਦੇ, ਉਨਾ ਟਾਈਮ ਸਾਡਾ ਜਿਹੜਾ ਫਿਊਚਰ ਕਦੇ ਵੀ ਬ੍ਰਾਈਟ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਮਝਣ ਦੀ ਲੋੜ ਆ। ਹੁਣ ਦੇਖੋ, ਸ਼ਹੀਦ ਆਜ਼ਮ ਸਰਦਾਰ ਊਧਮ ਸਿੰਘ ਜੀ ਦਾ ਅੱਜ ਜਨਮ ਦਿਨ ਸੀ। ਸ਼ਹੀਦ ਆਜ਼ਮ ਸਰਦਾਰ ਊਧਮ ਸਿੰਘ ਦਾ ਜਨਮ ਆ ਜਿਹੜਾ ਉਹ ਪੰਜਾਬ ਦੇ ਵਿੱਚ ਹੋਇਆ, ਸੁਨਾਮ ਦੇ ਵਿੱਚ। ਠੀਕ ਆ। 26 ਦਸੰਬਰ 1899 ਈਸਵੀ ਨੂੰ। ਲੇਕਿਨ ਉਹਨਾਂ ਦਾ ਮਾਨ ਸਨਮਾਨ ਕਿੱਥੇ ਹੋਇਆ? ਮਾਨ ਸਨਮਾਨ ਹੋਇਆ ਉੱਤਰ ਪ੍ਰਦੇਸ਼ ਦੇ ਵਿੱਚ। ਅੱਜ ਕੱਲ੍ਹ ਉਹ ਚਲੋ ਜਿਹੜਾ ਹੈਗਾ ਉੱਤਰਾਂਚਲ ਹੋ ਗਿਆ। ਠੀਕ ਆ। ਕਿਉਂਕਿ ਜਦੋਂ 1995 ਦੇ ਵਿੱਚ ਉੱਥੇ ਮਾਨਯੋਗ ਭੈਣ ਕੁਮਾਰੀ ਮਾਇਆਵਤੀ ਦੀ ਸਰਕਾਰ ਬਣੀ, ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣੀ, ਤਾਂ ਉੱਥੇ ਉਹਨਾਂ ਨੇ ਸ਼ਹੀਦ ਊਧਮ ਸਿੰਘ ਦੇ ਨਾਂ 'ਤੇ ਜ਼ਿਲ੍ਹਾ ਬਣਾਇਆ, ਵੱਡੀਆਂ ਵੱਡੀਆਂ ਯਾਦਗਾਰਾਂ ਬਣਾਈਆਂ, ਵੱਡੀਆਂ ਵੱਡੀਆਂ ਸੰਸਥਾਵਾਂ ਉਹਨਾਂ ਦੇ ਨਾਂ 'ਤੇ ਬਣਾਈਆਂ। ਲੇਕਿਨ ਪੰਜਾਬ ਦੇ ਵਿੱਚ ਮੈਂ ਸਾਲ ਕੁ ਹੋ ਗਿਆ ਉਦੋਂ ਗਿਆ ਸੀਗਾ ਸੁਨਾਮ, ਔਰ ਸੁਨਾਮ ਦੇ ਜੇ ਤੁਸੀਂ ਬੱਸ ਅੱਡੇ ਦੇ ਵਿੱਚ ਜਾਓ ਤਾਂ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਕਿਸੇ ਪਿੰਡ ਦਾ ਜਿਹੜਾ ਕੂੜੇ ਦਾ ਢੇਰ ਆ, ਜਦੋਂ ਕਿ ਉੱਥੇ ਜਿਹੜਾ ਸੁਨਾਮ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਕੌਂਸਟੀਚੁਐਂਸੀ ਦੇ ਵਿੱਚ ਆਉਂਦਾ। ਲੇਕਿਨ ਜਿਹੜਾ ਜਨਮ ਉਹਨਾਂ ਦਾ ਹੋਇਆ ਪੰਜਾਬ ਦੇ ਵਿੱਚ, ਮਾਨ ਸਨਮਾਨ ਉਹਨਾਂ ਨੂੰ ਮਿਲਿਆ ਉੱਤਰ ਪ੍ਰਦੇਸ਼ ਦੇ ਵਿੱਚ, ਜਿਹੜਾ ਅੱਜ ਕੱਲ੍ਹ ਉੱਤਰਾਂਚਲ ਆ ਜਾਂ ਉੱਤਰਾਖੰਡ ਆ। ਸੋ ਸਾਨੂੰ ਇਸ ਮਨੂਵਾਦੀ ਜਿਹੜੀ ਸੋਚ ਆ ਉਹਨੂੰ ਸਮਝਣ ਦੀ ਲੋੜ ਆ, ਔਰ ਇਹਨੂੰ ਸਮਝਣ ਦੇ ਲਈ ਜਿਹੜੇ ਅੰਬੇਡਕਰੀ ਬਣਨਾ ਬਹੁਤ ਜ਼ਰੂਰੀ ਹੈ। ਸੋ ਵੀਰੋ, ਅੰਬੇਡਕਰਵਾਦੀ ਲੋਕਾਂ ਦਾ ਸਹਿਯੋਗ ਲਓ। ਅੰਬੇਡਕਰਵਾਦੀ ਲੋਕ ਪੂਰੇ ਵਰਲਡ ਦੇ ਵਿੱਚ, ਤੁਹਾਨੂੰ ਯਾਦ ਹੋਵੇਗਾ 2 ਅਪ੍ਰੈਲ 2018 ਦਾ ਸੰਘਰਸ਼, ਪੂਰੇ ਭਾਰਤ ਸਰਕਾਰ ਦੇ ਨੱਕ ਦੇ ਵਿੱਚ ਦਮ ਲਿਆ ਤਾਂ ਸੀ ਇੱਕੋ ਦਿਨ ਦੇ ਵਿੱਚ ਅੰਬੇਡਕਰਵਾਦੀ ਲੋਕਾਂ ਨੇ, ਚਾਹੇ ਉਹ ਰਾਜਨੀਤਿਕ ਤੌਰ 'ਤੇ ਵੱਖਰੇ ਵੱਖਰੇ ਮੰਚਾਂ 'ਤੇ ਹੋਣ। ਸੋ ਮੇਰਾ ਜਿਹੜਾ ਮੇਨ ਮੋਟਿਵ ਤੁਹਾਨੂੰ ਕਹਿਣ ਦਾ ਇਹੀ ਆ ਵੀ ਅੰਬੇਡਕਰਵਾਦੀ ਲੋਕਾਂ ਦੇ ਕੀਤੇ ਹੋਏ ਕਮੈਂਟਾਂ ਦਾ ਜਾਂ ਰੀਟਵੀਟ ਕੀਤੇ ਹੋਏ ਜਿਹਦੇ ਵਿੱਚ ਕੁਛ ਨਾ ਕੁਛ ਉਹ ਚਾਹੇ ਜੈ ਭੀਮ ਲਿਖਦੇ ਨੇ, ਚਾਹੇ ਜੈ ਸੰਵਿਧਾਨ ਲਿਖਦੇ ਨੇ, ਕਿਉਂਕਿ ਸੰਵਿਧਾਨ ਦੇ ਅਕੋਰਡਿੰਗ ਹੀ ਅਸੀਂ ਹਰ ਸੰਘਰਸ਼ ਕਰ ਰਹੇ ਹਾਂ। ਸਾਡਾ ਪੂਰਾ ਪੂਰਾ ਸਮਰਥਨ ਆ ਅਤੇ ਪੂਰੀ ਪੂਰੀ ਤਨਦੇਹੀ ਦੇ ਨਾਲ ਅਸੀਂ ਲੱਗੇ ਹੋਏ ਹਾਂ, ਕਿਉਂਕਿ ਹਰ ਪ੍ਰੋਟੈਸਟ ਦੇ ਵਿੱਚ ਜਿਹੜਾ ਯੋਗਦਾਨ ਕੋਈ ਇਹ ਵੀ ਇੱਕ ਤਰੀਕੇ ਨਾਲ ਹੀ ਪਾਇਆ ਜਾ ਸਕਦਾ, ਬਹੁਤ ਜਿਹੜੇ ਤਰੀਕੇ ਨੇ। ਔਰ ਅਸੀਂ ਪੂਰੇ ਦਿਨ ਰਾਤ 24 ਘੰਟੇ ਲੱਗੇ ਹੋਏ ਹਾਂ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣ ਦੇ ਲਈ। ਸੋ ਇਹਨਾਂ ਚੀਜ਼ਾਂ ਨੂੰ ਸਮਝੋ। ਜਿੰਨਾ ਟਾਈਮ ਅਸੀਂ ਮਨੂਵਾਦੀ ਸੋਚ ਦੇ ਨੂੰ ਸਮਝਦੇ ਨਹੀਂ, ਉਨਾ ਟਾਈਮ ਅਸੀਂ ਪੂਰੀ ਤਰ੍ਹਾਂ ਪੂਰਨ ਤੌਰ 'ਤੇ ਇਸ ਵਿਵਸਥਾ ਦੇ ਵਿੱਚੋਂ ਆਜ਼ਾਦੀ ਪ੍ਰਾਪਤ ਨਹੀਂ ਕਰ ਸਕਦੇ। ਬੇਸ਼ੱਕ ਬਹੁਤ ਸਾਰੇ ਜਿਹੜੇ ਵਿਦਵਾਨ ਲੋਕ, ਬਹੁਤ ਸਾਰੇ ਬੁਲਾਰੇ ਲੋਕ ਇਸ ਗੱਲ ਨੂੰ ਸਮਝ ਰਹੇ ਔਰ ਕਹਿ ਰਹੇ ਨੇ ਕਿ ਹੁਣ ਜਿਹੜੀ ਗੱਲ ਇੱਕ ਹੋਂਦ ਦੀ ਲੜਾਈ ਹੈ, ਕਿਉਂਕਿ ਤੁਸੀਂ ਸੁਣਿਆ ਹੋਊਗਾ ਪਿਛਲੇ ਦਿਨੀ ਆਪਣੇ ਮੈਂਬਰ ਪਾਰਲੀਮੈਂਟ ਨੇ ਰਵਨੀਤ ਸਿੰਘ ਬਿੱਟੂ, ਵੈਸੇ ਮੇਰਾ ਕੋਈ ਉਸ ਪਾਰਟੀ ਨਾਲ ਕੋਈ ਸੰਬੰਧ ਨਹੀਂ ਗਾ, ਇਸ ਨੂੰ ਗਲਤ ਨਾ ਸਮਝ ਲਿਓ, ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜਦੋਂ ਉਹ ਜਿਹੜੇ ਪੰਜਾਬ ਦੇ ਜਿਹੜੇ ਮੈਂਬਰ ਪਾਰਲੀਮੈਂਟ ਆ ਉਹ ਮਿਲਣ ਗਏ ਦਿੱਲੀ ਦੇ ਵਿੱਚ ਵੀ ਰੇਲਾਂ ਚਲਾਓ, ਤਾਂ ਪਿਊਸ਼ ਗੋਇਲ ਨੇ ਕਿਹਾ ਕਿ ਤੁਹਾਡੀ ਜ਼ਰੂਰਤ ਕਿਵੇਂ ਹੋ ਗਈ ਇਹ ਮੋਦੀ ਦੀ ਜਿਹੜੀ ਵਿਰੋਧਤਾ ਕਰਨ ਦੀ, ਸਾਰਿਆਂ ਨੇ ਵੀਡੀਓ ਸੁਣੀ ਹੋਊਗੀ।
ਤਾਂ ਇੱਕ ਸੋਚ ਆ, ਇਹ ਮਾਇੰਡ ਸੈੱਟ ਆ, ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਇਹ ਲੋਕ ਜਿਹੜੇ ਜਿਨ੍ਹਾਂ ਨੂੰ ਇਹ ਮਨੋ ਸਿਮਰਤੀ ਦੇ ਮੁਤਾਬਕ ਸ਼ੁੱਧਰ ਸਮਝਦੇ ਨੇ, ਵੀ ਇਹਨਾਂ ਲੋਕਾਂ ਦੀ ਜ਼ਰੂਰਤ ਕਿਵੇਂ ਹੋਊਗੀ ਵੀ ਇਹ ਸਾਡੇ ਦਿੱਤੇ ਹੋਏ ਫੈਸਲੇ ਦੇ ਖਿਲਾਫ ਆਵਾਜ਼ ਬੁਲੰਦ ਕਰ ਸਕਣ। ਵੀਰੋ, ਇਹਨਾਂ ਚੀਜ਼ਾਂ ਨੂੰ ਸਾਨੂੰ ਸਮਝਣ ਦੀ ਲੋੜ ਹੈ। ਜਿਸ ਦਿਨ ਅਸੀਂ ਸਮਝ ਗਏ, ਇਹ ਲੋਕ ਪੂਰੀ ਤਰ੍ਹਾਂ ਦੇ ਨਾਲ ਜਿਹੜੇ ਮਤਲਬ ਕਿ ਗੋਡਿਆਂ ਦੇ ਭਾਰ ਆ ਜਾਣਗੇ। ਗੋਡਿਆਂ ਦੇ ਭਾਰ ਤੁਸੀਂ ਸਾਰੇ ਸਮਝਦੇ ਹੋ ਕਿਉਂਕਿ ਪੰਜਾਬੀ ਹੋ, ਬਹੁਤ ਤੁਹਾਨੂੰ ਅੱਛੀ ਤਰ੍ਹਾਂ ਇਹਨਾਂ ਗੱਲਾਂ ਦੀ ਸਮਝ ਆ। ਜੇ ਅਸੀਂ ਸਮਝ ਗਏ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਦੇ ਵੀ ਧੋਖਾ ਨਹੀਂ ਖਾਵਾਂਗੇ। ਸੋ ਮੈਂ ਸਾਰੇ ਵੀਰਾਂ ਨੂੰ ਅੱਜ ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਜੀ ਦੇ ਜਨਮ ਦਿਨ ਦੀ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ, ਅਤੇ ਨਾਲ ਹੀ ਇੱਕ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਇਸ ਮਨੋਵਾਦੀ ਸੋਚ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਅੰਬੇਡਕਰਵਾਦੀ ਲੋਕਾਂ ਦਾ ਜਿਹੜਾ ਸਹਿਯੋਗ ਆ ਉਹ ਪੂਰਨ ਤੌਰ 'ਤੇ ਇਹ ਬਣਾਈ ਰੱਖੋ, ਕਿਉਂਕਿ ਇਸ ਜਿੱਤ ਨੂੰ ਜਿੱਤਣ ਦੇ ਲਈ ਅੰਬੇਡਕਰਵਾਦੀ ਲੋਕਾਂ ਦਾ ਸਹਿਯੋਗ ਬਣਿਆ ਰਹਿਣਾ ਸਾਡੇ ਲਈ ਬਹੁਤ ਜ਼ਰੂਰੀ ਆ। ਇਹਨਾਂ ਬੇਨਤੀਆਂ ਨਾਲ ਤੁਹਾਡੇ ਤੋਂ ਰਜ਼ਾ ਲੈਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।